ਚੰਡੀਗੜ੍ਹ ਦੇ RLA ਡਿਪਾਰਟਮੈਂਟ ਦੇ ਵਿੱਚ ਇਸ ਵਾਰ VIP ਨੰਬਰ ਦੀ ਆਕਸ਼ਨ ਹੋਈ ਹੈ, ਜਿਹਦੇ ਵਿੱਚ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਸਭ ਤੋਂ ਜ਼ਿਆਦਾ ਰੈਵਨਿਊ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੋਇਆ। ਤੁਹਾਨੂੰ ਦੱਸ ਦੇ ਕਿ ਇਸ ਵਾਰ 10 ਟੌਪ 10 ਦੇ ਜਿਹੜੇ ਨੰਬਰ ਹੈ ਉਹਨਾਂ ਦੀ ਆਕਸ਼ਨ ਹੋਈ ਹੈ, ਜਿਹਦੇ ਵਿੱਚ ਚੰਡੀਗੜ੍ਹ ਦੇ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ UT ਚੰਡੀਗੜ੍ਹ ਨੂੰ 2,40,00,000 ਦਾ ਰੈਵਨਿਊ ਹੋਇਆ। ਤੁਹਾਨੂੰ ਦੱਸ ਦੇ ਕਿ ਇਹਦੇ ਵਿੱਚ CH01 CV 0001 24,30,000 ਦਾ ਗਿਆ। ਹਾਲਾਂਕਿ ਜਿਹੜੇ ਪਸੰਦਾਂ ਦੇ ਜਿਨ੍ਹਾਂ ਨੂੰ ਪਸੰਦ ਹੈ ਨੰਬਰ 0001 ਜਾਂ ਫੈਂਸੀ ਨੰਬਰ ਹੈ, ਉਹਨਾਂ ਦਾ ਇੱਕ ਕੈਸਟ ਕਹਿੰਦੇ ਨਾ ਕਿ ਜਿਹੜਾ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਹਾਲਾਂਕਿ ਇਹ ਪਹਿਲਾ ਨੰਬਰ ਨਹੀਂ ਹੈ, ਇਸ ਤੋਂ ਕਰੀਬ 10 ਸਾਲ ਪਹਿਲਾਂ ਵੀ 26,00,000 ਦਾ ਨੰਬਰ ਇਹਦੇ ਵਿੱਚ ਗਿਆ ਸੀਗਾ। ਲੇਕਿਨ ਇਸ ਵਾਰ ਦੀ ਅਸੀਂ ਗੱਲ ਕਰ ਲਈਏ ਟੌਪ 10 ਦੇ ਜਿਹੜੇ ਨੰਬਰ ਇਹਦੇ ਵਿੱਚ ਆਕਸ਼ਨ ਹੋਏ ਆ, ਉਹਦੇ ਵਿੱਚ 2,40,00,000 ਦਾ ਜਿਹੜਾ ਰੈਵਨਿਊ ਹੋਇਆ। CH01 CV 0009 10,43,000 ਦਾ, 0007 9,35,000 ਦਾ, 0005 7,70,000 ਦਾ, 0004 5,06,000 ਦਾ, 0008 5,50,000 ਦਾ, 0002 5,01,000, 0003 4,84,000, 0006 4,29,000, 0005 2,80,000। ਹਾਲਾਂਕਿ ਇਸ ਵਾਰ ਜੇ ਅਸੀਂ ਗੱਲ ਕਰ ਲਈਏ ਕਾਫੀ ਰੈਵਨਿਊ ਜਿਹੜਾ ਹੈ ਉਹ ਜਨਰੇਟ ਹੋਇਆ ਔਰ ਪਹਿਲੀ ਵਾਰੀ ਹੋਇਆ ਜਿਹੜੀ ਜਾਣਕਾਰੀ ਹੁਣ ਤੱਕ ਦੀ ਦਿੱਤੀ ਗਈ ਹੈ। ਹਾਲਾਂਕਿ 0001 ਦਾ 50,000 ਇਹਦਾ ਜਿਹੜੀ ਆਕਸ਼ਨ ਦੀ ਸਟਾਰਟਿੰਗ ਸੀਗੀ, 24,30,000 ਦਾ ਦੱਸਿਆ ਜਾ ਰਿਹਾ ਕਿ ਇੱਕ ਵੱਡੇ ਬਿਜ਼ਨਸਮੈਨ ਨੇ ਇਹ ਪੂਰਾ ਨੰਬਰ ਲਿਆ। ਲੇਕਿਨ ਕਾਫੀ ਜਿਹੜੀ ਆਕਸ਼ਨ ਹੁੰਦੀ ਹੈ ਉਹਦੇ ਵਿੱਚ ਕਾਫੀ ਲੋਕ ਜਿਹੜੇ ਹੈਗੇ ਬੜੇ ਇੰਟਰਸਟਿਡ ਹੁੰਦੇ ਆ, ਆਪਣੀ ਜਿਹੜੀ ਵੀ ਕੋਈ ਨਵੀਂ ਗੱਡੀ ਲੈਂਦਾ ਉਹਦੇ ਜਿਹੜਾ 0001 ਲਾਈਏ, 0002 0008 ਟੌਪ 10 ਦੱਸਿਆ ਜਾ ਰਿਹਾ ਕਿ ਜਿਹਦੀ ਇਹ ਪੂਰੀ ਲੱਗੀ ਹੈ ਆਕਸ਼ਨ ਆਈ ਹੈ ਔਰ ਇਹ ਨੰਬਰ ਜਿਹੜੇ ਹੈਗੇ ਇੰਨੇ ਪੈਸੇ 'ਚ ਗਏ ਹੈਗੇ। ਕਹਿ ਸਕਦੇ ਹਾਂ ਕਿ ਇੱਕ ਰੈਵਨਿਊ ਵੀ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਮਿਲਿਆ ਅਤੇ ਦੂਜਾ ਜਿਹੜੇ ਲੋਕਾਂ ਦੇ ਸ਼ੌਕ ਨੇ ਜੋ ਕਿ ਵੇਟ ਕਰਦੇ ਆ ਕਿ ਨਵੀਂ ਸੀਰੀਜ਼ ਜੇਕਰ ਆਉਂਦੀ ਹੈ ਤਾਂ ਅਸੀਂ 0001 ਲਵਾਂਗੇ, 0009 ਦੀ ਆਕਸ਼ਨ ਹੁੰਦੀ ਹੈ, ਤਾਂ ਇਸ ਵਾਰ ਆਕਸ਼ਨ ਬਹੁਤ ਜ਼ਿਆਦਾ ਇੰਟਰਸਟਿਡ ਰਹੀ ਹੈ ਔਰ 24,30,000 ਦਾ ਜਿਹੜਾ ਨੰਬਰ ਹੈ ਉਹ ਇਸ ਵਾਰੀ ਜਿਹੜਾ ਹੈਗਾ ਚੰਡੀਗੜ੍ਹ ਦੇ ਇੱਕ ਬਿਜ਼ਨਸਮੈਨ ਨੇ ਲਿਆ, CH01 CV 0001। ਚੰਡੀਗੜ੍ਹ ਦੇ RLA ਡਿਪਾਰਟਮੈਂਟ ਦੇ ਵਿੱਚ ਇਸ ਵਾਰ VIP ਨੰਬਰ ਦੀ ਆਕਸ਼ਨ ਹੋਈ ਹੈ, ਜਿਹਦੇ ਵਿੱਚ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਸਭ ਤੋਂ ਜ਼ਿਆਦਾ ਰੈਵਨਿਊ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੋਇਆ। ਤੁਹਾਨੂੰ ਦੱਸ ਦੇ ਕਿ ਇਸ ਵਾਰ 10 ਟੌਪ 10 ਦੇ ਜਿਹੜੇ ਨੰਬਰ ਹੈ ਉਹਨਾਂ ਦੀ ਆਕਸ਼ਨ ਹੋਈ ਹੈ, ਜਿਹਦੇ ਵਿੱਚ ਚੰਡੀਗੜ੍ਹ ਦੇ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ UT ਚੰਡੀਗੜ੍ਹ ਨੂੰ 2,40,00,000 ਦਾ ਰੈਵਨਿਊ ਹੋਇਆ। ਤੁਹਾਨੂੰ ਦੱਸ ਦੇ ਕਿ ਇਹਦੇ ਵਿੱਚ CH01 CV 0001 24,30,000 ਦਾ ਗਿਆ। ਹਾਲਾਂਕਿ ਜਿਹੜੇ ਪਸੰਦਾਂ ਦੇ ਜਿਨ੍ਹਾਂ ਨੂੰ ਪਸੰਦ ਹੈ ਨੰਬਰ 0001 ਜਾਂ ਫੈਂਸੀ ਨੰਬਰ ਹੈ, ਉਹਨਾਂ ਦਾ ਇੱਕ ਕੈਸਟ ਕਹਿੰਦੇ ਨਾ ਕਿ ਜਿਹੜਾ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਹਾਲਾਂਕਿ ਇਹ ਪਹਿਲਾ ਨੰਬਰ ਨਹੀਂ ਹੈ, ਇਸ ਤੋਂ ਕਰੀਬ 10 ਸਾਲ ਪਹਿਲਾਂ ਵੀ 26,00,000 ਦਾ ਨੰਬਰ ਇਹਦੇ ਵਿੱਚ ਗਿਆ ਸੀਗਾ। ਲੇਕਿਨ ਇਸ ਵਾਰ ਦੀ ਅਸੀਂ ਗੱਲ ਕਰ ਲਈਏ ਟੌਪ 10 ਦੇ ਜਿਹੜੇ ਨੰਬਰ ਇਹਦੇ ਵਿੱਚ ਆਕਸ਼ਨ ਹੋਏ ਆ, ਉਹਦੇ ਵਿੱਚ 2,40,00,000 ਦਾ ਜਿਹੜਾ ਰੈਵਨਿਊ ਹੋਇਆ। CH01 CV 0009 10,43,000 ਦਾ, 0007 9,35,000 ਦਾ, 0005 7,70,000 ਦਾ, 0004 5,06,000 ਦਾ, 0008 5,50,000 ਦਾ, 0002 5,01,000, 0003 4,84,000, 0006 4,29,000, 0005 2,80,000। ਹਾਲਾਂਕਿ ਇਸ ਵਾਰ ਜੇ ਅਸੀਂ ਗੱਲ ਕਰ ਲਈਏ ਕਾਫੀ ਰੈਵਨਿਊ ਜਿਹੜਾ ਹੈ ਉਹ ਜਨਰੇਟ ਹੋਇਆ ਔਰ ਪਹਿਲੀ ਵਾਰੀ ਹੋਇਆ ਜਿਹੜੀ ਜਾਣਕਾਰੀ ਹੁਣ ਤੱਕ ਦੀ ਦਿੱਤੀ ਗਈ ਹੈ। ਹਾਲਾਂਕਿ 0001 ਦਾ 50,000 ਇਹਦਾ ਜਿਹੜੀ ਆਕਸ਼ਨ ਦੀ ਸਟਾਰਟਿੰਗ ਸੀਗੀ, 24,30,000 ਦਾ ਦੱਸਿਆ ਜਾ ਰਿਹਾ ਕਿ ਇੱਕ ਵੱਡੇ ਬਿਜ਼ਨਸਮੈਨ
ਨੇ ਇਹ ਪੂਰਾ ਨੰਬਰ ਲਿਆ, ਲੇਕਿਨ ਕਾਫੀ ਜਿਹੜੀ ਆਕਸ਼ਨ ਹੁੰਦੀ ਹੈ ਉਹਦੇ ਵਿੱਚ ਕਾਫੀ ਲੋਕ ਜਿਹੜੇ ਹੈਗੇ ਬੜੇ ਇੰਟਰਸਟਿਡ ਹੁੰਦੇ ਆ ਆਪਣੀ ਜਿਹੜੀ ਵੀ ਕੋਈ ਨਵੀਂ ਗੱਡੀ ਲੈਂਦਾ ਹੈ ਉਹਦੇ ਜਿਹੜਾ 0001 ਲਾਈਏ 0002 0000 ਟੋਪ 10 ਦੱਸਿਆ ਜਾ ਰਿਹਾ ਕਿ ਜਿਹਦੀ ਇਹ ਪੂਰੀ ਲੱਗੀ ਹੈ ਆਕਸ਼ਨ ਆਈ ਹੈ ਔਰ ਇਹ ਨੰਬਰ ਜਿਹੜੇ ਹੈਗੇ ਇੰਨੇ ਪੈਸੇ 'ਚ ਗਏ ਹੈਗੇ। ਕਹਿ ਸਕਦੇ ਹਾਂ ਕਿ ਇੱਕ ਰੈਵਨਿਊ ਵੀ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਮਿਲਿਆ ਅਤੇ ਦੂਜਾ ਜਿਹੜੇ ਲੋਕਾਂ ਦੇ ਸ਼ੌਕ ਨੇ ਜੋ ਕਿ ਵੇਟ ਕਰਦੇ ਆ ਕਿ ਨਵੀਂ ਸੀਰੀਜ਼ ਜੇਕਰ ਆਉਂਦੀ ਹੈ ਤਾਂ ਅਸੀਂ 0001 ਲਵਾਂਗੇ 0009 ਦੀ ਆਕਸ਼ਨ ਹੁੰਦੀ ਹੈ, ਤਾਂ ਇਸ ਵਾਰ ਆਕਸ਼ਨ ਬਹੁਤ ਜ਼ਿਆਦਾ ਇੰਟਰਸਟਿਡ ਰਹੀ ਹੈ ਔਰ 24,30,000 ਦਾ ਜਿਹੜਾ ਨੰਬਰ ਹੈ ਉਹ ਇਸ ਵਾਰੀ ਜਿਹੜਾ ਹੈਗਾ ਚੰਡੀਗੜ੍ਹ ਦੇ ਇੱਕ ਬਿਜ਼ਨਸਮੈਨ ਨੇ ਲਿਆ CS01CV 0001।